ਪੂਰੇ ਦੇਸ਼ ਭਰ ਦੇ ਵਿੱਚ ਇਸ ਸੀਐਮ ਬਾਰੇ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਇੱਕ ਬਿਮਾਰ ਮਹਿਲਾ ਦੀ ਜਾਨ ਬਚਾਉਣ ਦੇ ਲਈ ਆਪਣਾ ਹੈਲੀਕਾਪਟਰ ਹੀ ਭੇਜ ਦਿੱਤਾ। ਦੇਖੋ ਕਿਵੇਂ ਹੈਲੀਕਾਪਟਰ ਦੇ ਰਾਹੀਂ ਏਅਰਲਿਫਟ ਕਰਕੇ ਇਸ ਬਜ਼ੁਰਗ ਮਹਿਲਾ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸਦਾ ਇਲਾਜ ਹੋ ਸਕਿਆ। ਦੱਸ ਦੇਈਏ ਕਿ ਬਿਮਾਰ ਮਹਿਲਾ ਜੋ ਕਿ ਪਿਛਲੇ ਇੱਕ ਹਫ਼ਤੇ ਤੋਂ ਬਿਮਾਰ ਚੱਲ ਰਹੀ ਸੀ ਅਤੇ ਹੁਣ ਉਹਨਾਂ ਨੂੰ ਟਾਂਡਾ ਸੀਐਮ ਦੇ ਹੈਲੀਕਾਪਟਰ ਰਾਹੀਂ ਲਿਆਂਦਾ ਗਿਆ। ਦੱਸ ਦਈਏ ਕਿ ਮਾਮਲਾ ਧਰਮਸ਼ਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਾਂਗੜਾ ਦੇ ਇੱਕ ਖੇਤਰ ਹੈ ਪੰਗਾਲ, ਜਿੱਥੇ ਆਉਣ ਜਾਣ ਦੇ ਲਈ ਬੜੀ ਪਰੇਸ਼ਾਨੀ ਹੁੰਦੀ ਹੈ। ਇੱਕ ਮਹਿਲਾ ਜੋ ਕਿ ਇੱਕ ਹਫ਼ਤੇ ਤੋਂ ਬਹੁਤ ਹੀ ਜ਼ਿਆਦਾ ਬਿਮਾਰ ਸੀ, ਤਾਂ ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਆਪਣਾ ਚੌਪਰ ਭੇਜ ਕੇ ਉਹਨਾਂ ਨੂੰ ਏਅਰਲਿਫਟ ਕਰਵਾਇਆ। ਮਹਿਲਾ ਦਾ ਨਾਮ ਕਪੂਰੀ ਦੇਵੀ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਨੰਗਲ ਦੇ ਵਿਖੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਹਿਲਾ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਦੀ ਜਾਨ ਬਚਾਉਣ ਦੇ ਲਈ ਸੀਐਮ ਨੇ ਆਪਣਾ ਚੌਪਰ ਹੀ ਭੇਜ ਦਿੱਤਾ। ਤਾਂ ਪੂਰੇ ਦੇਸ਼ ਭਰ ਦੇ ਵਿੱਚ ਸੀਐਮ ਸੁੱਖੂ ਦੀ ਚਰਚਾ ਹੋ ਰਹੀ ਹੈ ਕਿ ਜੇਕਰ ਕੋਈ ਸੀਐਮ ਹੋਵੇ ਤਾਂ ਅਜਿਹਾ, ਜਿਸਨੇ ਐਡਾ ਵੱਡਾ ਦਿਲ ਦਿਖਾਇਆ, ਆਪਣੇ ਇੱਕ ਨਾਗਰਿਕ ਦੀ ਜਾਨ ਬਚਾਉਣ ਦੇ ਲਈ ਹੈਲੀਕਾਪਟਰ ਹੀ ਭੇਜ ਦਿੱਤਾ। ਦੇਖੋ ਤਸਵੀਰਾਂ ਜਿਸ ਦੇ ਵਿੱਚ ਉਸ ਮਹਿਲਾ ਨੂੰ ਏਅਰਲਿਫਟ ਕੀਤਾ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਮਹਿਲਾ ਦਾ ਪਰਿਵਾਰ ਸੀਐਮ ਦਾ ਦਿਲੋਂ ਧੰਨਵਾਦ ਕਰ ਰਿਹਾ ਹੈ। ਪੂਰੇ ਦੇਸ਼ ਭਰ ਦੇ ਵਿੱਚ ਇਸ ਸੀਐਮ ਬਾਰੇ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਇੱਕ ਬਿਮਾਰ ਮਹਿਲਾ ਦੀ ਜਾਨ ਬਚਾਉਣ ਦੇ ਲਈ ਆਪਣਾ ਹੈਲੀਕਾਪਟਰ ਹੀ ਭੇਜ ਦਿੱਤਾ। ਦੇਖੋ ਕਿਵੇਂ ਹੈਲੀਕਾਪਟਰ ਦੇ ਰਾਹੀਂ ਏਅਰਲਿਫਟ ਕਰਕੇ ਇਸ ਬਜ਼ੁਰਗ ਮਹਿਲਾ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸਦਾ ਇਲਾਜ ਹੋ ਸਕਿਆ। ਦੱਸ ਦਈਏ ਕਿ ਬਿਮਾਰ ਮਹਿਲਾ ਜੋ ਕਿ ਪਿਛਲੇ ਇੱਕ ਹਫ਼ਤੇ ਤੋਂ ਬਿਮਾਰ ਚੱਲ ਰਹੀ ਸੀ ਅਤੇ ਹੁਣ ਉਹਨਾਂ ਨੂੰ ਟਾਂਡਾ ਸੀਐਮ ਦੇ ਹੈਲੀਕਾਪਟਰ ਰਾਹੀਂ ਲਿਆਂਦਾ ਗਿਆ। ਦੱਸ ਦਈਏ ਕਿ ਮਾਮਲਾ ਧਰਮਸ਼ਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਾਂਗੜਾ ਦੇ ਇੱਕ ਖੇਤਰ ਹੈ ਪੰਗਾਲ, ਜਿੱਥੇ ਆਉਣ ਜਾਣ ਦੇ ਲਈ ਬੜੀ ਪਰੇਸ਼ਾਨੀ ਹੁੰਦੀ ਹੈ। ਇੱਕ ਮਹਿਲਾ ਜੋ ਕਿ ਇੱਕ ਹਫ਼ਤੇ ਤੋਂ ਬਹੁਤ ਹੀ ਜ਼ਿਆਦਾ ਬਿਮਾਰ ਸੀ, ਤਾਂ ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਆਪਣਾ ਚੌਪਰ ਭੇਜ ਕੇ ਉਹਨਾਂ ਨੂੰ ਏਅਰਲਿਫਟ ਕਰਵਾਇਆ। ਮਹਿਲਾ ਦਾ ਨਾਮ ਕਪੂਰੀ ਦੇਵੀ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਨੰਗਲ ਦੇ ਵਿਖੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਹਿਲਾ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਦੀ ਜਾਨ ਬਚਾਉਣ ਦੇ ਲਈ ਸੀਐਮ ਨੇ ਆਪਣਾ ਚੌਪਰ ਹੀ ਭੇਜ ਦਿੱਤਾ। ਤਾਂ ਪੂਰੇ ਦੇਸ਼ ਭਰ ਦੇ ਵਿੱਚ ਸੀਐਮ ਸੁੱਖੂ ਦੀ ਚਰਚਾ ਹੋ ਰਹੀ ਹੈ ਕਿ ਜੇਕਰ ਕੋਈ ਸੀਐਮ ਹੋਵੇ ਤਾਂ ਅਜਿਹਾ, ਜਿਸਨੇ ਐਡਾ ਵੱਡਾ ਦਿਲ ਦਿਖਾਇਆ, ਆਪਣੇ ਇੱਕ ਨਾਗਰਿਕ ਦੀ ਜਾਨ ਬਚਾਉਣ ਦੇ ਲਈ ਹੈਲੀਕਾਪਟਰ ਹੀ ਭੇਜ ਦਿੱਤਾ। ਦੇਖੋ ਤਸਵੀਰਾਂ ਜਿਸ ਦੇ ਵਿੱਚ ਉਸ ਮਹਿਲਾ ਨੂੰ ਏਅਰਲਿਫਟ ਕੀਤਾ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਮਹਿਲਾ ਦਾ ਪਰਿਵਾਰ ਸੀਐਮ ਦਾ ਦਿਲੋਂ ਧੰਨਵਾਦ ਕਰ ਰਿਹਾ ਹੈ।